45 ਕਾਟ ਸਿਲੈਕਟਡ ਸਾਥੀਓ ਜਿਵੇਂ ਕਿ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਨੈਕਸਟ ਵੀਕ ਜਿਹੜਾ ਡਿਪਾਰਟਮੈਂਟ ਜਾਣਾ ਵਾ ਤੇ ਜੋ ਆਪਣੀ 45 ਕਾਟ ਭਰਤੀ ਦਾ ਜਿਹੜਾ ਪ੍ਰੋਸੈਸ ਹੈ ਵੀ ਉਹ ਕਿੱਥੇ ਕ ਪਹੁੰਚਿਆ ਹੈ ਕੀ ਚੱਲ ਰਿਹਾ ਹੈ ਉਹਦੇ ਵਿੱਚ ਉਹਦੀ ਸਾਰੀ ਅਪਡੇਟ ਆ ਜਿਹੜੀ ਤੁਹਾਨੂੰ ਉਹ ਵੀ ਦਿੱਤੀ ਜਾਊਗੀ ਅੱਜ ਸਵੇਰ ਦੇ ਹੀ ਅਸੀਂ ਡਿਪਾਰਟਮੈਂਟ ਆਏ ਹੋਏ ਸੀਗੇ ਤੇ ਤੁਹਾਨੂੰ ਦੱਸ ਦਿਆਂ ਸ਼ਾਰਟ ਦੇ ਵਿੱਚ ਕਿ ਅੱਜ ਆਪਣੀ ਜਿਹੜੀ ਮੀਟਿੰਗ ਹੈ ਉਹ ਡੀਪੀਆਈ ਸਾਹਿਬ ਨਾਲ ਹੋਈ ਹੈ ਔਰ ਭਰਤੀ ਬੋਰਡ ਦੇ ਵਿੱਚ ਹੋਈ ਹੈ ਔਰ ਤੀਜੀ ਮੀਟਿੰਗ ਆ ਜਿਹੜੀ ਆਪਣੀ ਸੀਐਮ ਹਾਊਸ ਦੇ ਵਿੱਚ ਸੀਐਮ ਸਾਹਿਬ ਦੇ ਜਿਹੜੇ ਪੀਏ ਸਾਹਿਬ ਨੇ ਉਹਨਾਂ ਨਾਲ ਜਿਹੜੀ ਮੀਟਿੰਗ ਆ ਹੁਣ ਸਿੱਧਾ ਉਹਨਾਂ ਨਾਲ ਮੀਟਿੰਗ ਜਿਹੜੀ ਕਰਕੇ ਅਸੀਂ ਇੱਥੇ ਭਰਤੀ ਬੋਰਡ ਪਹੁੰਚੇ ਸੀਗੇ ਤੇ ਸਾਥੀਓ ਜਿਹੜੀ ਆਪਣੀ ਭਰਤੀ ਦਾ ਪ੍ਰੋਸੈਸ ਹੈ ਤੁਹਾਨੂੰ ਵੀ ਪਤਾ ਹੈ ਕਿ ਪ੍ਰੋਸੈਸ ਆਪਣਾ ਕਿੱਥੇ ਰੁਕਿਆ ਹੋਇਆ ਅਤੇ ਕਿਵੇਂ ਕੀ ਆ ਜਿਹੜਾ ਸਿਸਟਮ ਆ ਜਿਹੜਾ ਹੁਣ ਉਹ ਚੱਲ ਰਿਹਾ ਹੈਗਾ ਕਿਉਂਕਿ ਕੋਰਟ ਦਾ ਜਿਹੜਾ ਫੈਸਲਾ ਸੀਗਾ ਡਿਸਪੋਜ਼ ਆਫ ਹੋ ਚੁੱਕਿਆ ਸੀ ਆਪਾਂ ਨੂੰ ਸਭ ਨੂੰ ਪਤਾ ਹੈ ਤਾਂ ਜਿਹੜਾ ਆਪਣਾ ਭਰਤੀ ਦਾ ਸਾਥੀਓ ਪ੍ਰੋਸੈਸ ਹੈ ਉਹ ਹੁਣ ਭਰਤੀ ਬੋਰਡ ਜਿਹੜਾ ਹੈਗਾ ਗਾ ਉਹ ਇੱਥੇ ਚੱਲ ਰਿਹਾ ਗਾ ਕਿਉਂਕਿ ਡੀ ਪੀ ਆਈ ਆਫਿਸ ਦੇ ਵਿੱਚ ਜਿਹੜਾ ਆਪਣਾ ਪ੍ਰੋਸੈਸ ਚੱਲਣਾ ਸੀਗਾ ਉੱਥੇ ਸਟੇਸ਼ਨ ਅਲੋਟਮੈਂਟ ਹੋਣੀ ਸੀ ਹੁਣ ਤੁਹਾਨੂੰ ਪਤਾ ਹੈ ਕਿ ਆਂਸਰ ਕੀ ਵਾਲਾ ਜਿਹੜਾ ਮਸਲਾ ਉਹ ਆਪਣਾ ਚੱਲ ਰਿਹਾ ਅਤੇ ਡੀ ਪੀ ਆਈ ਸਾਹਿਬ ਨਾਲ ਜਿਹੜੀ ਅੱਜ ਮੀਟਿੰਗ ਹੋਈ ਆ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਛੇਤੀ ਤੁਹਾਡੀ ਜਿਹੜੀ ਅਪਾਇੰਟਮੈਂਟ ਸਟੇਸ਼ਨ ਜਿਹੜੇ ਅਲੋਟਮੈਂਟ ਹੈਗੇ ਨੇਗੇ ਉਹ ਅਸੀਂ ਤੁਹਾਨੂੰ ਕਰਨ ਜਾ ਰਹੇ ਹਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਔਰ ਜਿਹੜੀ ਮੈਂ ਤੁਹਾਨੂੰ ਅਪਡੇਟ ਜਿਹੜੀ ਮੇਨ ਦਿੰਦਾ ਕਿ ਜੋ ਆਂਸਰ ਕੀ ਵਾਲਾ ਆਪਣਾ ਮਸਲਾ ਹੈਗਾ ਆਂਸਰ ਕੀ ਵਾਲਾ ਮਸਲਾ ਸਾਥੀਓ ਉਹ ਇਹ ਡਿਪਾਰਟਮੈਂਟ ਤੋਂ ਆਪਾਂ ਨੂੰ ਜਾਣਕਾਰੀ ਮਿਲੀ ਆ ਕਿ 2-3 ਦਿਨਾਂ ਦੇ ਵਿੱਚ ਇੱਕ ਕਮੇਟੀ ਹੈ ਜਿਹੜੀ ਉਹ ਬਣਾਈ ਜਾਵੇਗੀ ਬਿਠਾਈ ਜਾਵੇਗੀ ਕਮੇਟੀ ਕਿਵੇਂ ਵੀ ਜਿਹਦੇ ਵਿੱਚ ਆਂਸਰ ਕੀ ਨੂੰ ਲੈ ਕੇ ਜਿਹੜਾ ਹੈਗਾ ਗਾ ਡਿਸਕਸ਼ਨ ਆ ਜਿਹੜੀ ਉਹ ਹੋਊਗੀ ਵੀ ਜਿਹਦੇ ਵਿੱਚ ਜੋ ਵੀ ਆਂਸਰ ਕੀ ਨਾਲ ਰਿਲੇਟਡ ਏਜੰਸੀਜ਼ ਹੈਗੀਆਂ ਨੇ ਜਿਵੇਂ ਵੀ ਮਾਣਯੋਗ ਹਾਈ ਕੋਰਟ ਦੇ ਜਿਹੜੇ ਆਰਡਰ ਆਏ ਨੇ ਉਸ ਦੇ ਅਕੋਰਡਿੰਗ ਜਿਹੜੀਆਂ ਕਮੇਟੀਆਂ ਨੇ ਕਮੇਟੀ ਹੈ ਜਿਹੜੀ ਉਹ ਗਠਿਤ ਕੀਤੀ ਜਾਊਗੀ ਜਿਹਦੇ ਵਿੱਚ ਆਪਣੇ ਜਿਹੜੇ ਸੈਕਟਰੀ ਸਾਹਿਬ ਹੈਗੇ ਸੈਕਟਰੀ ਮੈਡਮ ਨੇ ਉਹ ਵੀ ਇਹਦੇ ਵਿੱਚ ਇਨਵੋਲਵ ਹੋਣਗੇ ਅਤੇ ਪੂਰਾ ਸਿੱਖਿਆ ਮਹਿਕਮਾ ਜਿਹੜਾ ਉਹ ਇਹਦੇ ਵਿੱਚ ਇਨਵੋਲਵ ਹੋਊਗਾ ਤਾਂ ਉਹ ਕਮੇਟੀ ਦੇ ਵਿੱਚ ਜਿਵੇਂ ਵੀ ਮਤਲਬ ਕਿ ਬਣਦਾ ਫੈਸਲਾ ਕੋਰਟ ਦੇ ਡਿਸੀਜਨ ਦੇ ਅਕੋਰਡਿੰਗ ਜਿਹੜਾ ਹੈਗਾ ਉਹ ਲਿਆ ਜਾਊਗਾ ਮਤਲਬ ਅੱਜ ਦੀ ਘੜੀ ਆਪਾਂ ਜੇਕਰ ਇਹ ਕਹਿ ਦਈਏ ਕਿ ਆਂਸਰ ਕੀ 100% ਰਿਵਾਈਜ਼ ਹੋਊਗੀ ਹੀ ਹੋਊਗੀ ਇਹਦੇ ਬਾਰੇ ਵੀ ਆਪਾਂ ਕਲੀਅਰ ਕੁਛ ਨਹੀਂ ਕਹਿ ਸਕਦੇ ਔਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਆਂਸਰ ਕੀ ਰਿਵਾਈਜ਼ ਨਹੀਂ ਹੁੰਦੀ ਕਿਉਂਕਿ ਉਹਦਾ ਕਾਰਨ ਤੁਸੀਂ ਕਹੋਗੇ ਕਿ ਦੋਨੇ ਗੱਲਾਂ ਕਿਵੇਂ ਦੋਨੇ ਗੱਲਾਂ ਸਾਥੀ ਹੋਏ ਨੇ ਕਿ ਜਿਹੜੀ ਕਮੇਟੀ ਬਣਨੀ ਹੈ ਜਿਹੜੀ ਕਮੇਟੀ ਗਠਿਤ ਹੋਣੀ ਹੈ ਉਸ ਦੇ ਅਕੋਰਡਿੰਗ ਕਿਉਂਕਿ ਹਾਈ ਕੋਰਟ ਦੇ ਆਰਡਰਾਂ ਦੇ ਵਿੱਚ ਵੀ ਲਿਖਿਆ ਹੋਇਆ ਕਿ ਡਿਪਾਰਟਮੈਂਟ ਐਪਰੋਪ੍ਰੀਏਟ ਡਿਸੀਜਨ ਜਿਹੜਾ ਹੈਗਾ ਅਕੋਰਡਿੰਗ ਟੂ ਲਾਅ ਆ ਜਿਹੜਾ ਉਹ ਲਵੇ ਆਂਸਰ ਕੀ ਨੂੰ ਲੈ ਕੇ ਇਹ ਮਾਣਯੋਗ ਹਾਈ ਕੋਰਟ ਦੇ ਆਰਡਰ ਨੇ ਤਾਂ ਉਸ ਦੇ ਅਕੋਰਡਿੰਗ 2-3 ਦਿਨਾਂ ਦੇ ਵਿੱਚ ਜਿਹੜੀ ਇੱਥੋਂ ਜਾਣਕਾਰੀ ਮਿਲੀ ਆ ਕਿ 2-3 ਦਿਨਾਂ ਦੇ ਵਿੱਚ ਹੀ ਕਮੇਟੀ ਹੈ ਜਿਹੜੀ ਉਹ ਗਠਿਤ ਕੀਤੀ ਜਾਊਗੀ ਅਤੇ ਉਸ ਤੋਂ ਬਾਅਦ ਜਿਵੇਂ ਵੀ ਆਂਸਰ ਕੀ ਨੂੰ ਲੈ ਕੇ ਜਾਂ ਜਿਵੇਂ ਵੀ ਜਿਹੜਾ ਪ੍ਰੋਸੈਸ ਆ ਜਿਹੜਾ ਅੱਗੇ ਚੱਲੂ ਜਦੋਂ ਇੱਥੋਂ ਭਰਤੀ ਬੋਰਡ ਦੇ ਵਿੱਚੋਂ ਕੰਪਲੀਟ ਹੋ ਗਿਆ ਤਾਂ ਇਹਨਾਂ ਨੇ ਆਪਣਾ ਜਿਹੜਾ ਪ੍ਰੋਸੈਸ ਹੈਗਾ ਉਹ ਅੱਗੇ ਡੀ ਪੀ ਆਈ ਆਫਿਸ ਆ ਜਿਹੜਾ ਉੱਥੇ ਭੇਜ ਦੇਣਾ ਤਾਂ ਉਸ ਤੋਂ ਅੱਗੇ ਜਿਹੜਾ ਸਟੇਸ਼ਨ ਅਲੋਟਮੈਂਟ ਦਾ ਜਿਹੜਾ ਕੰਮ ਆ ਉਹ ਚੱਲੂਗਾ ਸਾਥੀਓ ਅਤੇ ਹੁਣ ਰਹੀ ਗੱਲ ਵੀ ਆਪਣੀ ਭਰਤੀ ਪੂਰੀ ਕਦੋਂ ਹੋਊਗੀ ਸਟੇਸ਼ਨ ਅਲੋਟਮੈਂਟ ਕਦੋਂ ਹੋਣਗੇ ਤਾਂ ਇਸ ਤੋਂ ਬਾਅਦ ਜਿਹੜੀ ਆਪਾਂ ਮੀਟਿੰਗ ਕੁਛ ਟਾਈਮ ਪਹਿਲਾਂ ਸੀ ਐੱਮ ਹਾਊਸ ਦੇ ਵਿੱਚ ਗਏ ਸੀ ਅਤੇ ਸੀ ਐੱਮ ਹਾਊਸ ਦੇ ਵਿੱਚ ਜੋ ਸੀ ਐੱਮ ਸਾਹਿਬ ਦੇ ਪੀ ਏ ਸਾਹਿਬ ਨੇ ਉਹਨਾਂ ਦੇ ਨਾਲ ਜਿਹੜੀ ਆਪਣੀ ਮੀਟਿੰਗ ਹੋਈ ਆ ਉਹਨਾਂ ਦੇ ਮਸਲਾ ਜਿਹੜਾ ਸਾਰਾ ਧਿਆਨ ਦੇ ਵਿੱਚ ਲਿਆਂਦਾ ਵੈਸੇ ਤਾਂ ਹੁਣ ਦੇਖੋ ਮਸਲਾ ਤਾਂ ਆਪਣਾ ਇੰਨਾ ਹਾਈਲਾਈਟ ਹੋ ਚੁੱਕਿਆ ਕਿ ਸਾਰਾ ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਆਲਰੇਡੀ ਹੋਊਗਾ ਪਰ ਫਿਰ ਵੀ ਅਸੀਂ ਉਹਨਾਂ ਨੂੰ ਸਾਰੇ ਪੱਖ ਨੇ ਜਿਹੜੇ ਆਪਣੇ ਭਰਤੀ ਦੇ ਦੱਸੇ ਨੇ ਜੋ ਜੋ ਆਪਣੇ ਭਰਤੀ ਨੂੰ ਦਰਪੇਸ਼ ਚੁਣੌਤੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਬਾਰੇ ਵੀ ਉਹਨਾਂ ਕੋਲ ਚਾਨਣਾ ਪਾਇਆ ਗਾ ਖੁੱਲ੍ਹ ਕੇ ਅਤੇ ਉਹਨਾਂ ਨੇ ਆਪਾਂ ਨੂੰ ਇਹ ਭਰੋਸਾ ਦਿੱਤਾ ਕਿ ਬਹੁਤ ਛੇਤੀ ਮੈਂ ਤੁਹਾਡਾ ਜਿਹੜਾ ਇਹ ਮਸਲਾ ਹੈਗਾ ਸਿੱਧਾ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਜਾ ਰਹੇ ਹਾਂ ਵੈਸੇ ਮੁੱਖ ਮੰਤਰੀ ਸਾਹਿਬ ਦੇ ਆਪਣਾ ਧਿਆਨ ਦੇ ਵਿੱਚ ਹੈਗਾ ਵੀ ਇਹ ਮਸਲਾ ਪਰ ਫਿਰ ਵੀ ਆਪਣਾ ਫਰਜ਼ ਬਣਦਾ ਸੀਗਾ ਕਿ ਆਪਾਂ ਡਿਟੇਲ ਦੇ ਵਿੱਚ ਉਹਨਾਂ ਨੂੰ ਆਪਣੇ ਮਸਲੇ ਬਾਰੇ ਦੱਸੀਏ ਕਿਉਂਕਿ ਜੋ ਆਪਣਾ ਪਿੱਛੇ ਪ੍ਰੋਟੈਸਟ ਹੋਇਆ ਸੀਗਾ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਆਪਣੇ ਸੀ ਐੱਮ ਸਾਹਿਬ ਦਾ ਵੀ ਬਿਆਨ ਆਇਆ ਸੀਗਾ ਕਿ ਜਿਨ੍ਹਾਂ ਨੂੰ ਆਫਰ ਲੈਟਰ ਮਿਲ ਚੁੱਕੇ ਆ ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਵੀ ਬੜੀ ਛੇਤੀ ਹੀ ਅਸੀਂ ਸਕੂਲਾਂ ਦੇ ਵਿੱਚ ਭੇਜ ਦੇਵਾਂਗੇ ਤਾਂ ਸਾਥੀਓ ਇੱਕ ਸਾਰੀਆਂ ਮੀਟਿੰਗਾਂ ਦੇ ਵਿੱਚੋਂ ਇੱਕ ਡੈਡਲਾਈਨ ਆਪਾਂ ਨੂੰ ਇਹ ਮਿਲੀ ਹੈ ਕਿ 31 ਮਾਰਚ ਤੱਕ ਜਾਂ 31 ਮਾਰਚ ਤੋਂ ਪਹਿਲਾਂ ਤੁਹਾਨੂੰ ਸਕੂਲਾਂ ਦੇ ਵਿੱਚ ਭੇਜ ਦੇਣਾ ਵਾ ਸਾਥੀਓ ਇਹ ਜਿਹੜੀ ਆਊਟਕਮ ਜਿਹੜੀ ਇੱਥੋਂ ਮਿਲੀ ਆ ਆਪਾਂ ਨੂੰ ਟੋਟਲੀ ਜਿੰਨੀਆਂ ਵੀ ਆਪਣੀਆਂ ਮੀਟਿੰਗਸ ਹੋਈਆਂ ਨੇਗੀਆਂ ਕਿਉਂਕਿ ਕਿਸੇ ਤਰੀਕੇ ਨਾਲ ਆਪਾਂ ਸਿੱਖਿਆ ਮੰਤਰੀ ਜੀ ਦੇ ਪੀਏ ਸਾਹਿਬ ਨਾਲ ਵੀ ਰਾਬਤਾ ਜਿਹੜਾ ਉਹ ਬਣਾਇਆ ਸੀਗਾ ਤਾਂ ਕੁੱਲ ਮਿਲਾ ਕੇ ਸਾਰੇ ਪਾਸਿਓਂ ਜਿਹੜੀ ਇਹ ਡੈਡਲਾਈਨ ਮਿਲੀ ਹੈ ਕਿ 31 ਮਾਰਚ ਤੋਂ ਪਹਿਲਾਂ ਜਾਂ 31 ਮਾਰਚ ਤੱਕ ਤੁਹਾਨੂੰ ਸਕੂਲਾਂ ਦੇ ਵਿੱਚ ਆ ਜਿਹੜਾ ਉਹ ਭੇਜਣਾ ਸਾਥੀਓ ਅਤੇ ਹੁਣ ਰਹੀ ਗੱਲ ਦੂਸਰੀ ਸਾਥੀਓ ਕਿ ਆਪਾਂ ਜੋ
ਪਿਛਲਾ ਆਪਾਂ ਰੋਸ ਪ੍ਰਦਰਸ਼ਨ ਕੀਤਾ ਸੀਗਾ ਸੰਗਰੂਰ ਦੇ ਵਿੱਚ, ਤੁਹਾਨੂੰ ਪਤਾ ਹੈ ਉਸ ਦੇ ਵਿੱਚ ਆਪਾਂ ਨੂੰ ਪ੍ਰਸ਼ਾਸਨ ਸਰਕਾਰ ਦੇ ਵੱਲੋਂ ਇਹ ਭਰੋਸਾ ਸੀਗਾ ਕਿ 10 ਤਰੀਕ ਤੱਕ ਜਾਂ ਕਹਿ ਲਓ ਕਿ ਮਾਰਚ ਦੇ ਦੂਜੇ ਹਫ਼ਤੇ ਤੱਕ ਜਿਹੜਾ ਹੈਗਾ ਗਾ ਵੀ ਆਪਣਾ ਜਿਹੜਾ ਸਟੇਸ਼ਨ ਅਲੋਟਮੈਂਟ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਜੂਗੀ। ਤਾਂ ਅੱਜ ਵੀ ਮੇਰੇ ਖਿਆਲ ਦੇ ਵਿੱਚ 26 ਤਰੀਕ ਆ ਜਾਂ 27 ਤਰੀਕ ਜਮੀਨ ਦੀ ਹੈਗੀ ਆ, ਔਰ ਆਪਾਂ ਇਹ ਗੱਲ ਲਈ ਜਿਹੜੀ ਕਹੀ ਹੋਈ ਹੈਗੀ ਉੱਥੇ ਕੇਡਰ ਦੇ ਵਿੱਚ ਵੀ ਆਪਾਂ ਕਹੀ ਆ, ਪ੍ਰਸ਼ਾਸਨ ਨੂੰ ਵੀ ਅਤੇ ਸਰਕਾਰ ਨੂੰ ਵੀ ਆਪਾਂ ਇਹ ਗੱਲ ਕਹੀ ਆ ਕਿ ਅਸੀਂ 10 ਤਰੀਕ ਤੱਕ ਵੇਟ ਕਰਾਂਗੇ, ਕਿਉਂਕਿ ਜੇਕਰ 10 ਤਰੀਕ ਤੱਕ ਜੇਕਰ ਕੋਈ ਪ੍ਰੋਸੈਸ ਸ਼ੁਰੂ ਹੁੰਦਾ ਤਾਂ ਹੀ 5-7 ਦਿਨਾਂ ਦੇ ਵਿੱਚ ਜਿਹੜਾ ਸਟੇਸ਼ਨ ਅਲੋਟਮੈਂਟ ਦਾ ਜਿਹੜਾ ਪ੍ਰੋਸੈਸ ਆ ਉਹ ਕੰਪਲੀਟ ਹੋਊਗਾ। ਪਰ ਜਿਹੜੀ ਡੈਡਲਾਈਨ ਆ ਉਹ 31 ਮਾਰਚ ਵਾਲੀ ਹੈਗੀ ਆ, ਅਤੇ ਆਪਾਂ ਨੂੰ ਚਲੋ ਕਿਤੇ ਨਾ ਕਿਤੇ ਲੱਗਦਾ ਵੀ ਆ ਕਿ 31 ਮਾਰਚ ਤੱਕ ਜਿਹੜਾ ਹੈਗਾ ਗਾ ਵੀ ਆਪਾਂ ਸਕੂਲਾਂ ਦੇ ਵਿੱਚ ਚਲੇ ਜਾਵਾਂਗੇ, ਕਿਉਂਕਿ ਸਰਕਾਰ 'ਤੇ ਆਪਾਂ ਨੂੰ ਕਿਤੇ ਨਾ ਕਿਤੇ ਭਰੋਸਾ ਜਿਹੜਾ ਉਹ ਕਰਨਾ ਪੈਣਾ, ਕਿਉਂਕਿ ਜੋ ਵੀ ਆਪਾਂ ਨੂੰ ਉਹਨਾਂ ਨੇ ਕਿਹਾ ਸੀ ਕਿ 10 ਤਰੀਕ ਤੱਕ ਤੁਹਾਡਾ ਪ੍ਰੋਸੈਸ ਆ ਜਿਹੜਾ ਸ਼ੁਰੂ ਹੋ ਜੂਗਾ। ਸੋ ਸਾਥੀਓ 10 ਤਰੀਕ ਤੱਕ ਆਪਾਂ ਵੇਟ ਕਰ ਰਹੇ ਹਾਂ, ਅਗਰ 10 ਤਰੀਕ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਂ ਕੋਈ ਵੀ ਉਸ ਤਰ੍ਹਾਂ ਦਾ ਜਿਹੜਾ ਹੈਗਾ ਗਾ ਉਹ ਨਹੀਂ ਆਉਂਦਾ, ਕਿਉਂਕਿ ਹਜੇ ਦਿਨ ਹਜੇ ਵੀ ਕਾਫੀ ਪਏ ਨੇ ਜੀ, 10 ਤਰੀਕ ਦੇ ਵਿੱਚ ਹਜੇ ਵੀ ਤੁਸੀਂ ਮੰਨ ਲਓ ਵੀ 10 ਜਾਂ 11 ਦਿਨ ਹੈਗੇ ਨੇ ਜਿਹੜੇ ਉਹ ਪਏ ਨੇ, ਤਾਂ ਅਗਰ 10 ਤਰੀਕ ਤੱਕ ਕੁਛ ਨਾ ਆਇਆ ਸਾਥੀਓ ਤਾਂ ਫਿਰ 11 ਤਰੀਕ ਨੂੰ ਹੈਗਾ ਜਿਹੜਾ ਆਪਾਂ ਦੁਬਾਰਾ ਸੰਗਰੂਰ ਦੇ ਵਿੱਚ ਰੋਸ ਪ੍ਰਦਰਸ਼ਨ ਆ ਜਿਹੜਾ ਉਹ ਕਰਾਂਗੇ, ਕਿਉਂਕਿ ਆਪਾਂ ਇੱਥੇ ਮੀਟਿੰਗਾਂ ਦੇ ਵਿੱਚ ਵੀ ਇਹ ਕਿਹਾ ਕਿ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਕਿ ਅਸੀਂ ਰੋਸ ਪ੍ਰਦਰਸ਼ਨ ਕਰੀਏ ਸਕੂਲਾਂ ਦੇ ਵਿੱਚ, ਅਸੀਂ ਸੜਕਾਂ ਦੇ ਉੱਪਰ ਆਈਏ, ਕਿਉਂਕਿ ਆਪਣਾ ਸਾਰਿਆਂ ਦਾ ਇਹ ਆ ਵੀ ਅਸੀਂ 6 ਤੋਂ 6 ਸਕੂਲਾਂ ਦੇ ਵਿੱਚ ਜਾਈਏ ਅਤੇ ਜਾ ਕੇ ਅਸੀਂ ਆਪਣੀਆਂ ਸੇਵਾਵਾਂ ਨੇ ਜਿਹੜੀਆਂ ਉਹ ਦੇਈਏ, ਕਿਉਂਕਿ ਇਸ ਚੀਜ਼ ਦੇ ਲਈ ਆਪਾਂ ਇੱਕ ਲੰਬਾ ਸੰਘਰਸ਼ ਕੀਤਾ, ਲੰਬਾ ਇੰਤਜ਼ਾਰ ਕੀਤਾ ਗਾ। ਸੋ ਉਮੀਦ ਹੈ ਕਿ ਸਰਕਾਰ ਆਪਣਾ ਵਾਅਦਾ ਜਿਹੜਾ ਆਪਣੇ ਨਾਲ ਕੀਤਾ ਹੋਇਆ ਕਿ ਮਾਰਚ ਦੇ ਦੂਜੇ ਹਫ਼ਤੇ ਤੱਕ ਜਿਹੜਾ ਆਪਾਂ ਨੂੰ ਹੈਗਾ ਉਹ ਪ੍ਰੋਸੈਸ ਸ਼ੁਰੂ ਹੋ ਜੂਗਾ, ਔਰ ਜੋ ਅੱਜ ਦੀਆਂ ਮੀਟਿੰਗਾਂ ਹੋਈਆਂ ਨੇਗੀਆਂ ਚਾਹੇ ਉਹ DPI ਔਫਿਸਰ DPI ਸਾਹਿਬ ਨਾਲ ਹੋਈ ਹੈ, ਜਾਂ ਉਹ ਭਰਤੀ ਬੋਰਡ ਦੇ ਵਿੱਚ ਹੋਈ ਹੈ, ਜਾਂ ਉਹ CM ਹਾਊਸ ਦੇ ਵਿੱਚ CM ਸਾਹਿਬ ਦੇ PA ਸਾਹਿਬ ਨਾਲ ਹੋਈ ਆ, ਤਾਂ ਉੱਥੋਂ ਸਾਰਿਆਂ ਤੋਂ ਜਿਹੜਾ ਕਨਕਲੂਜ਼ਨ ਇਹ ਨਿਕਲਦਾ ਕਿ ਮਾਰਚ ਦੀ ਜਿਹੜੀ ਡੈਡਲਾਈਨ ਆ 31 ਮਾਰਚ ਦੀ ਜਿਹੜੀ ਡੈਡਲਾਈਨ ਆ ਉਹ ਆਪਾਂ ਨੂੰ ਮਿਲੀ ਆ ਕਿ 31 ਮਾਰਚ ਤੋਂ ਪਹਿਲਾਂ ਤੁਹਾਨੂੰ ਸਕੂਲ ਭੇਜਾਂਗੇ। ਪਰ ਆਪਾਂ ਉਸ ਗੱਲ 'ਤੇ ਖੜਾਂਗੇ ਜੋ ਆਪਾਂ ਆਪਣਾ ਰੋਸ ਪ੍ਰਦਰਸ਼ਨ ਕੀਤਾ ਸੀਗਾ ਅਤੇ ਉਹਦੇ ਵਿੱਚ ਆਪਾਂ ਨੂੰ ਕਿਹਾ ਸੀਗਾ ਕਿ ਮਾਰਚ ਦੇ ਦੂਜੇ ਹਫ਼ਤੇ ਤੁਹਾਡਾ ਪ੍ਰੋਸੈਸ ਆ ਜਿਹੜਾ ਉਹ ਸ਼ੁਰੂ ਆ ਜਿਹੜਾ ਉਹ ਹੋ ਜਾਣਾ ਗਾ। ਸੋ 10 ਤਰੀਕ ਤੱਕ ਜੇਕਰ ਆਪਣਾ ਪ੍ਰੋਸੈਸ ਸ਼ੁਰੂ ਹੁੰਦਾ ਚੰਗੀ ਗੱਲ ਆ ਕਿ ਅਗਰ ਆਪਣਾ ਕੋਈ ਪ੍ਰੋਸੈਸ ਸ਼ੁਰੂ ਹੋ ਜਾਏਗਾ ਤਾਂ ਬਹੁਤ ਵਧੀਆ ਗੱਲ ਆ, ਅਗਰ ਨਹੀਂ ਹੋਊਗਾ ਤਾਂ ਸਾਥੀਓ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਹਲੇ ਵੀ ਆਪਣੇ ਕੋਲ ਦਿਨ ਹੈਗੇ ਨੇ ਜਿੱਥੇ ਜਿਹੜੇ ਵੀ ਆਮ ਆਦਮੀ ਪਾਰਟੀ ਦੇ MLA ਸਹਿਬਾਨ ਹੈਗੇ ਨੇ ਉਹਨਾਂ ਨੂੰ ਮੰਗ ਪੱਤਰ ਆ ਜਿਹੜਾ ਉਹ ਦਿੱਤੇ ਜਾਣ, ਉਹਨਾਂ ਤੱਕ ਆਪਣੀ ਗੱਲ ਲੈ ਕੇ ਜਾਈ ਜਾਵੇ। ਵੈਸੇ ਆਪਾਂ ਜਿਹੜਾ ਹੁੰਗਾਰਾ ਮੰਗ ਪੱਤਰਾਂ ਦਾ ਉਹ ਬਹੁਤ ਵਧੀਆ ਚੱਲ ਰਿਹਾ, ਬਹੁਤ ਸਾਰੇ ਸਾਥੀ ਨੇ ਜਿਹੜੇ ਆਪਣੇ ਪੱਧਰ 'ਤੇ ਆਪਣੇ ਆਪਣੇ MLA ਸਾਹਿਬਾਨ ਨੂੰ ਮੰਗ ਪੱਤਰ ਦੇ ਰਹੇ ਨੇ, ਕਿਉਂਕਿ ਜਾਇਜ਼ ਮੰਗ ਆ, ਬਿਲਕੁਲ ਜਾਇਜ਼ ਮੰਗ ਆ ਕਿ ਸਕੂਲਾਂ ਦੇ ਵਿੱਚ ਭੇਜੋ ਜਾਂ ਸਾਰਾ ਕੁਛ ਦਿੱਤਾ। ਠੀਕ, ਤੁਹਾਨੂੰ ਪਤਾ ਹੀ ਹੈ ਕਿ ਸਾਰਾ ਮਸਲਾ ਨਿਪਟ ਗਿਆ ਅਤੇ ਹੁਣ ਜੋ ਵੀ ਹੈਗਾ ਗਾ ਵੀ 2-3 ਦਿਨਾਂ ਦੇ ਵਿੱਚ ਜਿਹੜਾ ਹੈਗਾ ਕਮੇਟੀ ਬਣ ਜੂਗੀ, ਉਹਦੇ ਵਿੱਚ ਜੋ ਵੀ ਫੈਸਲਾ ਇਹਨਾਂ ਨੇ ਲੈਣਾ ਉਹ ਲੈ ਲੈਣਗੇ, ਕਿਉਂਕਿ ਜ਼ਿਆਦਾ ਲੰਬਾ ਚੌੜਾ ਜਿਹੜਾ ਪ੍ਰੋਸੈਸ ਆ ਸਾਨੂੰ ਨਹੀਂ ਲੱਗਦਾ ਉਹ ਹੈਗਾ ਗਾ, ਕਿਉਂਕਿ ਉੱਥੇ ਵੀ ਜਦੋਂ ਆਪਾਂ ਰੋਸ ਪ੍ਰਦਰਸ਼ਨ ਦੇ ਦੌਰਾਨ ਇਹਨਾਂ ਨੇ ਵੀ ਉੱਥੇ ਉੱਪਰ ਰਾਬਤਾ ਕਰਕੇ ਹੀ ਆਪਾਂ ਨੂੰ ਕੋਈ ਡੈਡਲਾਈਨ ਆ ਜਿਹੜੀ ਉਹ ਦਿੱਤੀ ਸੀਗੀ 10 ਤਰੀਕ ਵਾਲੀ। ਸੋ ਅਗਲੀ ਜਿਹੜੀ ਗੱਲ ਹੈ ਕਿ ਕੁੱਲ ਮਿਲਾ ਕੇ ਬਹੁਤ ਸਾਰੇ ਸਾਥੀਆਂ ਦੇ ਮਨਾਂ ਦੇ ਵਿੱਚ ਇਹ ਖਦਸ਼ਾ ਵੀ ਆ ਜਾਂ ਡਰ ਵੀ ਆ ਕਿ ਕਿਤੇ ਭਰਤੀ ਨੂੰ ਨਾ ਕੁਝ ਹੋ ਜਾਵੇ ਜਾਂ ਭਰਤੀ ਨੂੰ ਕਿਸੇ ਕਿਸਮ ਦਾ ਕੋਈ ਇੱਦਾਂ ਨਾ ਹੋ ਜਾਵੇ ਉਹ ਨਾ ਹੋ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਕਰ ਦਿਓ, ਕਿਉਂਕਿ ਆਪਣੀ ਭਰਤੀ ਬਿਲਕੁਲ ਸੇਫ ਆ, ਖਾਸ ਕਰਕੇ ਸਰਕਾਰ ਆ ਜਾਂ ਡਿਪਾਰਟਮੈਂਟ ਆ ਉਹ ਪੂਰੀ ਤਰ੍ਹਾਂ ਇਹ ਚੀਜ਼ ਨੂੰ ਲੈ ਕੇ ਸੁਹਿਰਦ ਨੇ ਕਿ ਆਪਾਂ 6 ਤੋਂ 6 ਸਕੂਲਾਂ ਦੇ ਵਿੱਚ ਭੇਜੀਏ। ਹਾਂ, ਆਪਾਂ ਨੂੰ ਵੀ ਲੱਗਦਾ ਜੇਕਰ ਇਹ ਆਪਾਂ ਨੂੰ ਪਹਿਲਾਂ ਹੀ ਸਕੂਲਾਂ ਦੇ ਵਿੱਚ ਭੇਜਿਆ ਜਾਂਦਾ ਤਾਂ ਅੱਜ ਸ਼ਾਇਦ ਆ ਦਿਨ ਆਪਾਂ ਨੂੰ ਨਾ ਦੇਖਣਾ ਪੈਂਦਾ। ਚਲੋ ਫਿਰ ਵੀ ਆਪਾਂ ਕਿਤੇ ਨਾ ਕਿਤੇ ਕਹਿੰਦੇ ਹਾਂ ਕਿ ਦੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ, ਹਲੇ ਵੀ ਆਪਾਂ ਸੇਫ ਹਾਂ, ਕੋਈ ਚੱਕਰ ਵਾਲੀ ਗੱਲ ਨਹੀਂ। ਮਾਣਯੋਗ ਹਾਈ ਕੋਰਟ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ 6 ਤੋਂ 6 ਜਿਹੜਾ ਹੈਗਾ ਇਹਨਾਂ ਦਾ ਨਿਪਟਾਰਾ ਕਰਕੇ 6 ਤੋਂ 6 ਇਹਨੂੰ ਨਵੇਂ ਸੈਸ਼ਨ ਦੇ ਵਿੱਚ ਸਕੂਲਾਂ ਦੇ ਵਿੱਚ ਭੇਜ ਦਿੱਤਾ ਜਾਵੇ ਸਾਥੀਓ। ਸੋ ਦੂਜੀ ਗੱਲ ਸਾਥੀਓ, ਇੱਕ ਡਿਪਾਰਟਮੈਂਟ ਵੱਲੋਂ ਇਹ ਸੁਨੇਹਾ ਸੀਗਾ ਕਿ ਜਦੋਂ ਉਹਨਾਂ ਨੂੰ ਮਿਲਿਆ ਕਿ ਸਾਨੂੰ ਪਰਸਨਲ ਕਾਲਸ ਨੇ ਜਿਹੜੀਆਂ ਉਹ ਬਹੁਤ ਸਾਰੇ ਕੈਂਡੀਡੇਟਸ ਵੱਲੋਂ ਕੀਤੀਆਂ ਜਾਂਦੀਆਂ ਨੇ। ਦੇਖੋ, ਕਾਲਸ ਕਰਦੇ ਹਾਂ ਆਪਾਂ ਜਦੋਂ, ਤਾਂ ਸੁਭਾਵਿਕ ਹੈ ਕਿ ਜਦੋਂ ਆਪਾਂ ਪੂਰੇ ਵਿਚਲਿਤ ਹੁੰਦੇ ਹਾਂ ਜਾਂ ਟੈਨਸ਼ਨ ਦੇ ਵਿੱਚ ਹੁੰਦੇ ਹਾਂ ਤਾਂ ਜਦੋਂ ਆਪਾਂ ਨੂੰ ਕੋਈ ਰਾਹ ਨਹੀਂ ਮਿਲਦਾ ਤਾਂ ਮਜਬੂਰ ਹੋ ਕੇ ਆਪਾਂ ਡਿਪਾਰਟਮੈਂਟ ਅਧਿਕਾਰੀਆਂ ਨੂੰ ਫੋਨ ਕਾਲਸ ਕਰਦੇ ਹਾਂ। ਪਰ ਸਾਥੀਓ, ਉਹਨਾਂ ਵੱਲੋਂ ਇਹ ਮੈਸੇਜ ਜਿਹੜਾ ਲਗਾਇਆ ਗਿਆ ਕਿ ਆਪਾਂ ਉਹਨਾਂ ਨੂੰ ਪਰਸਨਲ ਫੋਨ ਕਾਲਸ ਨਾ ਕਰੀਏ, ਕਿਉਂਕਿ ਕਿਤੇ ਨਾ ਕਿਤੇ ਇਹਦੇ ਨਾਲ ਜਿਹੜਾ ਹੈਗਾ, ਕਿਉਂਕਿ ਇੱਦਾਂ ਫੋਨ ਕਾਲ 'ਤੇ ਜਿਹੜੀ ਹੈਗੀ ਆ ਜਾਣਕਾਰੀ ਉਹ ਨਹੀਂ ਮਿਲਣੀ, ਕਿਉਂਕਿ ਪਿੱਛੇ ਜੇ ਵੀ ਆਪਾਂ ਨੂੰ ਪਤਾ ਕਿ ਕਿਸੇ ਭੈਣ ਨੇ ਜੋ ਉਹ ਸਿੱਖਿਆ ਮੰਤਰੀ ਸਾਹਿਬ ਨਾਲ ਜੋ ਫੋਨ ਕਾਲ 'ਤੇ ਗੱਲ ਕੀਤੀ ਤਾਂ ਉਹਨੂੰ ਵਾਇਰਲ ਕਰਤਾ, ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਪਣੇ ਲਈ ਸ਼ੋਭਾ ਨਹੀਂ ਦਿੰਦੀਆਂ।
ਸੋ ਅਗਰ ਕਿਸੇ ਨੂੰ ਕੋਈ ਕੁਐਰੀ ਆ ਜਾਂ ਮਤਲਬ ਕਿਸੇ ਨੇ ਕੁਝ ਪੁੱਛਣਾ ਤਾਂ ਉਹ ਮੇਰੇ ਖਿਆਲ ਦੇ ਵਿੱਚ ਡਿਪਾਰਟਮੈਂਟ ਸਿੱਧਾ ਆ ਕੇ ਹੀ ਕੰਟੈਕਟ ਆ ਜਿਹੜਾ ਉਹ ਕਰ ਸਕਦੇ ਨੇ, ਕਿਉਂਕਿ ਇੱਥੇ ਜੋ ਵੀ ਜਾਣਕਾਰੀ ਹੋਊਗੀ ਉਹ ਤੁਹਾਨੂੰ ਦੇਣਗੇ। ਅਤੇ ਦੂਜੀ ਗੱਲ ਸਾਥੀਓ, ਇਹ ਆਪਾਂ ਹੁਣ ਆਸਮੰਦ ਰਹੀਏ, ਭਰੋਸੇ ਦੇ ਵਿੱਚ ਰਹੀਏ ਕਿ ਹਾਂ ਆਪਣਾ ਕੰਮ ਜਿਹੜਾ ਛੇਤੀ ਹੋ ਜੂਗਾ। ਬਿਲਕੁਲ ਵੀ ਪੈਨਿਕ ਨਹੀਂ ਹੋਣਾ ਹੈਗਾ। ਗਰੁੱਪਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਨੇ ਜਿਹੜੀਆਂ ਉਹ ਫੈਲਦੀਆਂ ਨੇ, ਇਹ ਹੋ ਗਿਆ ਉਹ ਹੋ ਗਿਆ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਇਹ ਆਪਾਂ ਇੰਨੇ ਕੁ ਮਚਿਓਰ ਹੈਗੇ ਹਾਂਗੇ ਕਿ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੋਣਾ। ਕਿਉਂਕਿ ਜਦੋਂ ਮਾਣਯੋਗ ਹਾਈ ਕੋਰਟ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਛੇਤੀ ਸਕੂਲਾਂ ਦੇ ਵਿੱਚ ਭੇਜੋ, ਔਰ ਡਿਪਾਰਟਮੈਂਟ ਵੱਲੋਂ ਔਰ ਸਰਕਾਰ ਵੱਲੋਂ ਵੀ ਜਿਹੜਾ ਹੈਗਾ ਵੀ ਹੁਣ ਜਿਹੜੀ ਹੈਗੀ ਅਗਲੀ ਤੇਜ਼ੀ ਆ ਜਿਹੜੀ ਉਹ ਲਿਆਂਦੀ ਜਾ ਰਹੀ ਆ, ਜੋ ਆਪਾਂ ਨੂੰ ਦੇਖਣ ਨੂੰ ਮਿਲ ਵੀ ਰਹੀ ਆ। ਪਰ ਫਿਰ ਵੀ ਸਾਥੀਓ, ਕਿਤੇ ਨਾ ਕਿਤੇ ਗੱਲ ਉਹੀ ਆ ਕਿ ਆਪਾਂ ਢਿੱਲੇ ਨਹੀਂ ਰਹਿਣਾ, ਪੈਸਿਵ ਨਹੀਂ ਰਹਿਣਾ। ਆਪਾਂ ਉਮੀਦ ਕਰਦੇ ਹਾਂ ਕਿ ਵਾਹਿਗੁਰੂ ਦੀ ਕਿਰਪਾ ਨਾਲ 10 ਤਰੀਕ ਤੱਕ ਆਪਣਾ ਕੁਛ ਨਾ ਕੁਛ ਪੋਜ਼ਿਟਿਵ ਆਪਾਂ ਨੂੰ ਮਿਲ ਜੇ। ਅਗਰ ਨਹੀਂ ਹੋਊਗਾ ਤਾਂ 11 ਤਰੀਕ ਨੂੰ ਫਿਰ ਆਪਾਂ ਮਜਬੂਰ ਹਾਂ ਸਾਥੀਓ, ਕਿਉਂਕਿ ਆਪਣਾ ਕੋਈ ਸ਼ੌਕ ਨਹੀਂ ਹੈਗਾ, ਤਾਂ ਮਜਬੂਰੀ ਬਸ ਆਪਾਂ ਨੂੰ ਦੁਬਾਰਾ ਫਿਰ ਸੰਗਰੂਰ ਦੀਆਂ ਸੜਕਾਂ ਦੇ ਉੱਪਰ ਰੋਸ ਪ੍ਰਦਰਸ਼ਨ ਦੇ ਲਈ ਨਿਕਲਣਾ ਪਊਗਾ। ਸੋ ਹੁਣੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਲਾਮਬੰਦ ਹੋ ਜਾਓ, ਅਤੇ ਜਿਹੜਾ ਹੈਗਾ ਆਪਣਾ ਆਪਣਾ ਕੇਡਰ ਆ ਜਿਹੜਾ ਆਪਣੇ ਆਪਣੇ ਸਾਥੀਆਂ ਨੂੰ ਇਸ ਗੱਲ ਲਈ ਆਪਾਂ ਪਹਿਲਾਂ ਤਿਆਰ ਕਰ ਲਓ ਮਾਨਸਿਕ ਤੌਰ 'ਤੇ ਕਿ ਹੋ ਸਕਦਾ ਕੁਝ ਚੰਗਾ ਹੋ ਜੇ, ਨਹੀਂ ਫਿਰ ਆਪਾਂ ਜਿਹੜਾ 11 ਤਰੀਕ ਨੂੰ ਦੁਬਾਰਾ ਰੋਸ ਪ੍ਰਦਰਸ਼ਨ ਆ ਜਿਹੜਾ ਉਹ ਆਪਾਂ ਨੂੰ ਉਹ ਕਰਨ ਲਈ ਮਜਬੂਰ ਹੋਣਾ ਪੈਣਾ। ਪਰ ਅੱਜ ਦੇ ਦਿਨ ਦੇ ਵਿੱਚ ਜੋ ਸਾਰੀ ਪੂਰੇ ਦਿਨ ਦੇ ਵਿੱਚ ਜੋ ਕੰਕਲੂਜਨ ਕਿ 31 ਮਾਰਚ ਤੱਕ ਸਕੂਲਾਂ ਦੇ ਵਿੱਚ ਭੇਜਣ ਦੀ ਜਿਹੜੀ ਗੱਲ ਆ ਉਹ ਕੀਤੀ ਜਾ ਰਹੀ ਹੈਗੀ, ਔਰ ਭਰਤੀ ਨੂੰ ਕਿਸੇ ਕਿਸਮ ਦਾ ਕੋਈ ਵੀ ਜਿਹੜਾ ਹੈਗਾ ਗਾ ਥ੍ਰੈਟ ਜਾਂ ਕਿਸੇ ਕਿਸਮ ਦੀ ਵੀ ਕੋਈ ਖਤਰੇ ਵਾਲੀ ਜਿਹੜੀ ਗੱਲ ਨਹੀਂ ਹੈਗੀ। ਇੱਕ ਛੋਟੀ ਜਿਹੀ ਮੈਂ ਕੰਕਲੂਡ ਕਰਦਾ ਕਿ ਅੱਜ ਵੇਟਿੰਗ ਵਾਲੀਆਂ ਮੇਰੀਆਂ ਭੈਣਾਂ ਵੀ ਆਪਣੇ ਨਾਲ ਆਈਆਂ ਸੀਗੀਆਂ, ਸੋ ਵੇਟਿੰਗ ਵਾਲੇ ਸਾਥੀ ਨੇ ਜਿਹੜੇ ਉਹ ਭੈਣਾਂ ਨੇ ਅੱਜ ਗੱਲ ਵੀ ਕੀਤੀ ਆ, ਆਪਣੇ ਤੌਰ 'ਤੇ ਵੀ ਗੱਲ ਕੀਤੀ ਆ। ਆਪਾਂ ਤਾਂ ਹਮੇਸ਼ਾ ਗੱਲ ਕਰਦੇ ਹੀ ਹਾਂ ਵੇਟਿੰਗ ਵਾਲਿਆਂ ਦੀ, ਤਾਂ ਉੱਥੋਂ ਫਿਰ ਸਾਥੀ ਉਹੀ ਗੱਲ ਨਿਕਲਦੀ ਆ ਕਿ ਜੋ ਪਹਿਲੀ ਲਿਸਟ ਆਈ ਆ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜ ਕੇ ਉਸ ਤੋਂ ਬਾਅਦ ਸਾਰੀਆਂ ਵੇਟਿੰਗਾਂ ਨੇ ਜਿਹੜੀਆਂ ਉਹ ਕਲੀਅਰ ਨੇ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਸੋ ਸਾਥੀਓ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਆ ਕਿ ਆਪਾਂ ਇਸੇ ਤਰ੍ਹਾਂ ਜੁੜੇ ਰਹਾਂਗੇ, ਔਰ ਆਪਾਂ ਆਸ਼ਾ ਕਰਦੇ ਹਾਂ, ਉਮੀਦ ਦੇ ਵਿੱਚ ਰਹਿੰਦੇ ਹਾਂ ਕਿ ਛੇਤੀ ਹੀ ਆਪਾਂ ਸਕੂਲਾਂ ਦੇ ਵਿੱਚ ਜਾਣ ਦਾ ਜਿਹੜਾ ਸੁਪਨਾ ਵਾਹਿਗੁਰੂ ਦੀ ਕਿਰਪਾ ਨਾਲ ਉਹ ਆਪਣਾ ਪੂਰਾ ਹੋਵੇਗਾ। ਇਹਨਾਂ ਗੱਲਾਂ ਦੇ ਨਾਲ ਤੁਹਾਡਾ ਧੰਨਵਾਦ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਨੂੰ।